सत श्री अकाल, तुसीं देख रहे हो प्रो पंजाब टीवी। मैं हाँ मनदीप कौर संधू। जेकर गल करिए पंजाबी संगीत दी, तां असीं जदों गाने सुणदे हाँ तां अज दी जिहड़ी गायकी च बेशक चेंज आ गया, पर जदों असीं रूहां खुश होण वालियां गीत सुणदे हाँ, बड़े सोहणे सोहणे कलाकारां दीआं मिठियां मिठियां आवाज़ां सानूं की लैंदियां ने। एक समां हुण दा है ते इक समां पुराणा है। जदों अज तों पहलां दे पुराणे दहाकिआं पहलां दी गल करिए तां उस समें कलाकारां ने डेरे जिहड़े सी लुधियाणे विच लाए होए सी। तां पहलां जेकर असीं पहलां दी गल करिए उदों इत्थे लुधियाणे हुंदे सी, ते अज दी गल करिए तां अज मोहाली दे विच होमलैंड कलाकारां दा अड्डा बणिआ, डेरा उत्थे लगे हुए, हर कलाकार उत्थे रहिंदा। ते पहले कलाकार जिहड़े सी ओह इत्थे लुधियाणे च रहिंदे सी। तां बोर्ड दिखावांगे अज, टावें जे बोर्ड रह गए ने इत्थे, पाली देत वाली होणा दा, जसवंत संधीला जी होणा दा, ते इस नाल मिस खुशी होणा दा, या फिर सुरेंद्र शिंदा जी होणा दा बोर्ड रह गया। पर पहलां जिहड़ा की होया करदा सी, सब तों उपर जिहड़ा कुलदीप मानक साहब दा, फिर सुरेंद्र शिंदा जी दा, फिर वक्खरे वक्खरे। आह जिहड़े हुण जिहड़े टावें जी तुहानूं बोर्ड दिख रहे आ ना, ਜਾਂ ਇੱਥੇ ਪੰਜਾਬੀ ਸੱਭਿਆਚਾਰਕ ਵਿਰਸੇ ਦੇ ਜਿਹੜੇ ਸੱਭਿਆਚਾਰਕ ਗਰੁੱਪ ਵਾਲੇ, ਜਿਹਨਾਂ ਨੂੰ ਅਸੀਂ ਵਿਆਹ ਸ਼ਾਦੀਆਂ 'ਤੇ ਬੁੱਕ ਕਰਦੇ ਹਾਂ, ਬਸ ਇਹੀ ਗਰੁੱਪ ਦੇ ਜਿਹੜੇ ਬੋਰਡ ਨੇ ਅੱਜ ਲੁਧਿਆਣਾ ਸ਼ਹਿਰ 'ਚ ਲੱਗੇ ਹੋਏ ਨੇ। ਪਰ ਜੇਕਰ ਅਸੀਂ ਪੁਰਾਣੇ ਸਮੇਂ ਦੀ ਗੱਲ ਕਰੀਏ ਤਾਂ ਉਸ ਵੇਲੇ ਇੱਥੇ ਇੱਥੇ ਹੀ ਜਿਹੜੇ ਨੇ ਦੀਦਾਰ ਸੰਧੂ ਜੀ ਦਾ, ਕੁਲਦੀਪ ਮਾਨਕ ਸਾਹਿਬ ਦਾ, ਕੇ ਦੀਪ ਹੁਣਾਂ ਦਾ, ਸੁਰਿੰਦਰ ਸ਼ਿੰਦਾ ਜੀ ਹੁਣ ਦਾ, ਪਾਲੀ ਦੇਤਵਾਲੀਆ ਦਾ, ਜਸਵੰਤ ਸੰਧੀਲਾ ਜੀ ਦਾ, ਸਰਦੂਲ ਸਿਕੰਦਰ ਸਾਹਿਬ ਦਾ, ਔਰ ਹੋਰ ਜਿਹੜੇ ਪੁਰਾਣੇ ਕਲਾਕਾਰ ਜੋ ਹੰਡੇ ਨੇ, ਕੁਛ ਜਹਾਨੂੰ ਰੁਖਸਤ ਹੋ ਗਏ ਨੇ ਅਤੇ ਕੁਛ ਅੱਜ ਵੀ ਜਿਉਂਦੇ ਨੇ, ਪਰ ਜਿਹੜੇ ਉਹਨਾਂ ਦੇ ਸਾਰਿਆਂ ਦੇ ਬੋਰਡ ਜਿਹੜੇ ਸੀ ਇੱਥੇ ਲੱਗੇ ਹੁੰਦੇ ਸੀ, ਅਤੇ ਇੱਥੇ ਵੱਖਰੇ ਵੱਖਰੇ ਦਫ਼ਤਰ ਬਣੇ ਹੁੰਦੇ ਸੀ ਉਹਨਾਂ ਦੇ, ਜਿਹੜੇ ਜਿੱਦਾਂ ਅੱਜ ਮੈਨੇਜਰ ਪੀ ਆਰ ਸਾਰੇ ਇੱਕ ਦੂਜੇ ਨੂੰ ਡੀਲ ਕਰਦੇ ਨੇ, ਤਾਂ ਉਸ ਵੇਲੇ ਉਹਨਾਂ ਦਾ ਇੱਕੋ ਬੰਦਾ ਰੱਖਿਆ ਹੁੰਦਾ ਸੀ ਜੋ ਕਿ ਹਰ ਚੀਜ਼ ਨੂੰ ਜਿਹੜਾ ਸੀ ਡੀਲ ਕਰਿਆ ਕਰਦਾ ਸੀ। ਜਦੋਂ ਕਿਸੇ ਨੇ ਆਉਣਾ, ਕਹਿੰਦੇ ਇੱਥੇ ਮੇਲਾ ਲੱਗਾ ਹੁੰਦਾ ਸੀ, ਕਹਿੰਦੇ ਇੱਕ ਦਿਨ 'ਚ 25-25 30-30 ਪਾਰਟੀਆਂ ਜਿਹੜੀਆਂ ਸੀ ਉਹ ਇੱਥੇ ਆਇਆ ਕਰਦੀਆਂ ਸੀ, ਉਹ ਬੁਕਿੰਗ ਕਰਾ ਕੇ ਜਾਂਦੇ ਸੀ। ਕਈ ਵਾਰ ਜਮਾਨੋ ਕਿਸੇ ਨੇ ਕੁਲਦੀਪ ਮਾਨਕ ਸਾਹਿਬ ਨੂੰ ਬੁੱਕ ਕਰਨਾ ਸੀ, ਮਾਨਕ ਸਾਹਿਬ ਦੀ ਜੇਕਰ ਡੇਟ ਬੁੱਕ ਹੁੰਦੀ ਸੀ ਨਾ, ਤਾਂ ਸੁਰਿੰਦਰ ਸ਼ਿੰਦਾ ਉਹਨਾਂ ਨੂੰ ਕਰਦਾ ਸੀ, ਕੋਈ ਸੁਰਿੰਦਰ ਸ਼ਿੰਦੇ ਨੂੰ ਕਰਨਾ ਆਉਂਦਾ ਸੀ ਜਦੋਂ ਡੇਟ ਬੁੱਕ ਹੁੰਦੀ ਸੀ, ਤਾਂ ਦੂਜੇ ਕਲਾਕਾਰ ਨੂੰ ਮੌਕਾ ਮਿਲ ਜਾਂਦਾ ਸੀ। ਤਾਂ ਇਹ ਜਿਹੜੇ ਬੋਰਡ ਦਾ ਬੜਾ ਫਾਇਦਾ ਹੁੰਦਾ ਸੀ, ਨਾਲ ਉਹਨਾਂ ਨੇ ਨੰਬਰ, ਉਸ ਟਾਈਮ 'ਤੇ ਕਈਆਂ ਦੇ ਕੋਲ ਫੋਨ ਬੜੇ ਘੱਟ ਹੋਇਆ ਕਰਦੇ ਸੀ, ਫੋਨ ਨਹੀਂ ਹੁੰਦੇ ਸੀਗੇ, ਇੱਕੋ ਬੰਦਾ ਬੈਠਾ ਹੁੰਦਾ ਸੀ, ਉਹਨਾਂ ਦੀ ਡਾਇਰੀ ਹੁੰਦੀ ਸੀ, ਡਾਇਰੀ 'ਤੇ ਸਾਰੇ ਪ੍ਰੋਗਰਾਮ ਜਿਹੜੇ ਸੀ ਉਹ ਲਿਖਿਆ ਕਰਦੇ ਸੀ। ਆਉਂਦੇ ਸੀ ਲੋਕ ਜਿਹੜੇ ਦੂਰੋਂ ਦੂਰੋਂ ਚੱਲ ਕੇ ਇੱਥੇ ਬੁਕਿੰਗ ਕਰਾਉਣ ਆਇਆ ਕਰਦੇ, ਹੁਣ ਤਾਂ ਸਭ ਕੁਝ ਆਨਲਾਈਨ ਹੋ ਗਿਆ। ਅੱਜ ਕੱਲ੍ਹ ਪੀ ਆਰ ਮੈਨੇਜਰ ਸਭ ਦੇਖਦੇ ਨੇ, ਔਰ ਨਾਲ ਇੰਸਟਾਗ੍ਰਾਮ 'ਤੇ ਫੇਸਬੁੱਕ 'ਤੇ ਨੰਬਰ ਜਿਹੜੇ ਸ਼ੇਅਰ ਹੋ ਜਾਂਦੇ ਨੇ ਜੋ ਮੈਨੇਜਮੈਂਟ ਕਰਦੇ ਨੇ। ਪਰ ਉਹਨਾਂ ਸਮੇਂ 'ਚ ਇੱਕ ਬੰਦਾ ਜਿਹੜਾ ਡਾਇਰੀ ਅਤੇ ਪੈੱਨ ਲੈ ਕੇ ਬੈਠਦਾ ਸੀ, ਉਹ ਐਡਵਾਂਸ ਵੀ ਲੈ ਲੈਂਦਾ ਹੁੰਦਾ ਸੀਗਾ, ਅਤੇ ਡਾਇਰੀ 'ਤੇ ਪ੍ਰੋਗਰਾਮ ਵੀ ਨੋਟ ਕਰਿਆ ਕਰਦਾ ਸੀ ਕਿ ਆਹ ਜਿਹੜਾ ਸਮਾਂ ਆ ਅਸੀਂ ਜਿਹੜਾ ਦਿਖਾਉਣਾ। ਪਰ ਆਹ ਅੱਜ ਚਹਿਲ ਪਹਿਲ, ਇੱਕ ਥੋੜ੍ਹੀ ਜਿਹੀ ਨਾਲ ਚਹਿਲ ਪਹਿਲ ਵੀ ਜ਼ਰੂਰ ਦਿਖਾਵਾਂਗੇ ਧਰਮ ਆਪਾਂ, ਅੱਜ ਦੀ ਚਹਿਲ ਪਹਿਲ ਜਿਹੜੀ ਥੋੜ੍ਹੀ ਬਦਲੀ ਜ਼ਰੂਰ ਹੈਗੀ ਹੈ। ਅੱਜ ਥੱਲੇ ਦੁਕਾਨਾਂ ਆ ਗਈਆਂ ਨੇ, ਅਤੇ ਹੁਣ ਜਿਹੜੇ ਬੋਰਡ ਵੀ ਹੈ ਸਿਰਫ ਕੁਝ ਟਾਵੇਂ ਕਲਾਕਾਰਾਂ ਦੇ ਰਹਿ ਗਏ ਨੇ। ਅੱਜ ਪਾਲੀ ਦੇਤਵਾਲੀਆ ਹੁਣ ਦਾ ਵੀ ਇੱਥੇ ਹੀ ਦਫ਼ਤਰ ਆ, ਉਹ ਰਹਿੰਦੇ ਵੀ ਇੱਥੇ ਨੇ, ਜਸਵੰਤ ਸੰਧੀਲਾ ਹੁਣ ਦਫ਼ਤਰ ਇੱਥੇ, ਉਹ ਵੀ ਇੱਥੇ ਰਹਿੰਦੇ ਨੇ, ਸੁਰਿੰਦਰ ਸ਼ਿੰਦਾ ਜੀ ਹੁਣੇ ਵੀ ਕਦੇ ਕਦਾਏ ਜਿਹੜਾ ਗੇੜਾ ਮਾਰਨ ਆਉਂਦੇ ਨੇ, ਕੁਲਦੀਪ ਪਾਰਸ ਹੁਣ ਦਫ਼ਤਰ ਇੱਥੇ ਹੁੰਦਾ ਸੀਗਾ, ਕੇ ਦੀਪ ਹੁਣ ਤਾਂ ਇੱਥੇ ਹੁੰਦਾ ਸੀ, ਸਰਦੂਲ ਸਿਕੰਦਰ ਸਾਹਿਬ ਦਾ ਹੁੰਦਾ ਸੀਗਾ, ਦੀਦਾਰ ਸੰਧੂ ਹੁਣ ਦਾ ਇੱਥੇ ਦਫ਼ਤਰ ਹੋਇਆ ਕਰਦਾ ਸੀ। ਤਾਂ ਇਹ ਜਿਹੜੇ ਉਸ ਵੇਲੇ ਬੜੀ ਰੌਣਕ ਹੋਇਆ ਕਰਦੇ ਸੀ। ਤਾਂ ਇੱਥੇ ਵੀ ਕਹਿੰਦਾ ਕਿ ਚਾਹ ਵਾਲੇ, ਹਾਲਾਂਕਿ ਅਸੀਂ ਪਹਿਲਾਂ ਪੁੱਛਗਿੱਛ ਕੀਤੀ ਤਾਂ ਉਹ ਜਿਹੜੇ ਚਾਹ ਬਣਾਉਂਦੇ ਸੀ ਉਹਨਾਂ ਦੀ ਇਸ ਵੇਲੇ ਡੈਥ ਹੋ ਗਈ ਹੈ, ਦੁਨੀਆ ਤੋਂ ਰੁਖਸਤ ਹੋ ਗਏ ਨੇ, ਕਾਫੀ ਪੁਰਾਣੇ ਨੇ। ਪਰ ਹੁਣ ਜਿਹੜਾ ਸਮਾਂ ਆ ਇੱਕ ਬਦਲਾਅ ਆ, ਅਤੇ ਇੱਥੇ ਸਾਨੂੰ ਪਤਾ ਲੱਗਾ ਕਿ ਇੱਕ ਸਰਦਾਰ ਸਾਹਿਬ ਹੈਗੇ ਨੇ, ਅਸੀਂ ਉਹਨਾਂ ਦੇ ਨਾਲ ਮੁਲਾਕਾਤ ਕਰਦੇ ਹਾਂ ਜਾ ਕੇ ਉੱਧਰ ਨੂੰ, ਕਹਿੰਦੇ ਕਿ ਉਹਨਾਂ ਦੇ ਦਫ਼ਤਰ ਦੇ ਉੱਪਰ ਵੀ ਕਈ ਕਲਾਕਾਰ ਰਹਿੰਦੇ ਹੁੰਦੇ ਸੀਗੇ, ਅਤੇ ਉਹ ਕਿਹੜੇ ਕਿਹੜੇ ਕਲਾਕਾਰ ਸੀ, ਆਓ ਫਿਰ ਹੁਣ ਉਹਨਾਂ ਦੇ ਨਾਲ ਜਾ ਕੇ ਗੱਲਬਾਤ ਕਰਦੇ ਹਾਂ। ਸੋ ਸਰਦਾਰ ਸਾਹਿਬ ਕੋਲ ਜਾਣ ਤੋਂ ਪਹਿਲਾਂ ਇੱਕ ਹੋਰ ਜਿਹੜੇ ਇੱਥੇ ਦੁਕਾਨਾਂ ਬਿਲਕੁਲ ਨੀਚੇ ਨੇ ਦਫ਼ਤਰ ਦੇ, ਉਹਨਾਂ ਦੇ ਕੋਲ ਗੱਲਬਾਤ ਜਾ ਕੇ ਕਰਦੇ ਹਾਂ ਕਿ ਉਹ ਕਿਸੇ ਨੂੰ ਜਾਣਦੇ ਆ ਜਾਂ ਨਹੀਂ ਜਾਣਦੇ ਹੈਗੇ। ਸੋ ਅਸੀਂ ਗੱਲਬਾਤ ਕਰਾਂਗੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਜੀ? ਬਹੁਤ ਵਧੀਆ। ਅਸੀਂ ਸਟੋਰੀ ਕਰ ਰਹੇ ਸੀ ਇੱਥੇ ਜਿਹੜੇ ਪੁਰਾਣੇ ਕਲਾਕਾਰਾਂ ਦਾ ਦਫ਼ਤਰ ਹੈਗਾ, ਹੈ ਨਾ, ਅਸੀਂ ਤੁਹਾਡੇ ਨਾਲ ਜਾਣਕਾਰੀ, ਤੁਹਾਡਾ ਕਿਸੇ ਕਲਾਕਾਰ ਨਾਲ ਰਾਬਤਾ ਹੈਗਾ, ਕਿੰਨੀ ਕੁ ਪੁਰਾਣੀ ਦੁਕਾਨ ਹੈ, ਸਭ ਤੋਂ ਪਹਿਲਾਂ ਇਹ ਜਾਣਨਾ ਚਾਹਾਂਗੇ। ਮੇਰੀ ਮੈਡਮ ਇੱਥੇ 8-9 ਸਾਲ ਹੋ ਗਏ ਦੁਕਾਨ ਨੂੰ, ਅਤੇ ਪੁਰਾਣੇ ਕਲਾਕਾਰ ਇੱਥੇ ਪਾਲੀ ਦੇਤਵਾਲੀਆ ਸਾਹਿਬ, ਸੁਰਿੰਦਰ ਸ਼ਿੰਦਾ ਜੀ ਅਤੇ ਸੁਧੀਲਾ ਭਾਜੀ, ਇਹਨਾਂ ਨੂੰ ਮਿਲੇ ਹੋਏ ਹਾਂ ਇੱਥੇ ਆਪਾਂ, ਅਤੇ ਬਾਕੀ ਬਾਹਲੇ ਪੁਰਾਣੇ ਕਲਾਕਾਰਾਂ ਨੂੰ ਮਿਲੇ ਨਹੀਂ, ਇਹਨਾਂ ਨਾਲ ਮੇਲ ਹੋਇਆ ਕਈ ਵਾਰੀ ਹੋਇਆ ਇਹਨਾਂ ਨਾਲ ਮੇਲ, ਯਾਨੀ ਕਿਤੇ ਮਿਲਦੇ ਵੀ ਸਿੰਪਲ ਤਰੀਕੇ ਨਾਲ ਨੇ। ਪਾਲੀ ਭਾਜੀ ਤਾਂ ਡੇਲੀ ਮਿਲਦੇ ਨੇ, ਜਦੋਂ ਉਹਨਾਂ ਨੇ ਆਉਣਾ ਸਾਨੂੰ ਹੈਲੋ ਆਏ ਹੁੰਦੀ ਹੁੰਦੀ ਹੈ, ਬੜੇ ਪਿਆਰ ਨਾਲ ਬਹੁਤ ਮਿਲਦੇ ਨੇ। ਹਾਂਜੀ,
हुण दी गल करिए है ना, हुण समा बदल गया, हर चीज़ ही बदल गई, साडा खाण पीन रहन सहन बदल गया है ना, तो गायकी च बहुत बदलाव आ गया है ना। पहले कलाकार सीगे सारे ना इत्थे अपने तुंदे सी, सारे इत्थे बैठे रहिंदे सी, इक्को डेरा हुंदा सी ना, पर हुण वक्खरे वक्खरे घरां च वक्खरे वक्खरे उहनां दीआं जिम्मेवारियां बन गईआं ने, उह इदां नहीं मिलदे आम लोकां नूं है ना, जदों किते इंटरव्यू दा उदों सी वी राबता करदे, अदरवाइज़ सानूं वी बहुत घट इदां हुंदा है ना। तो किन्ना क बदलाव देखदे हो तुसीं इस चीज़ नूं, किवें देखदे हो? बदलाव मैडम बहुत आया गायकी च भी आया, पहला देखो साफ सुथरी गायकी होंदी सी, अजकल यानी कि गंदे गाने आ गए या कोई इदां दी लच्चर गायकी ज़्यादा चलती पी है, तो लोग प्रमोट भी उन्हें ज़्यादा करते हैं। ये पुराने सिंगरां नूं अजकल कोई सुन के भी राजी नहीं, हालांकि इन्हां दी गाने तुसीं सुनो तो बहुत वधिया सीगे, पहला भी सुनते सी बैठ के एक लगन जी लग जाती सी, गाने बहुत वधिया होंदे सी, अजकल दे वधिया हैगे ने, सारे वधिया ने, पर लच्चरपुणा ज़्यादा आ गया अजकल दे गाणे च, जिहदे नाल अपनी आने वाली पीढ़ी थोड़ी खराब हो रही है। बाकी है कि तुसीं नवें सिंगरां दी गल करो, उन्हां नूं मिलना बहुत औखा, इन्हां नूं मिलना भी सौखा सीगा ते बड़े प्यार नाल मिलदे सी, उन्हां नूं मिलण वास्ते आपां नूं पहलां तां उह मिलदे ही नहीं जी, जां तां चले जाओ तां बाउंसर उहनां दे नाल हुंदे ने, उह किसे ने मिलण ही नहीं देणा पहली गल तां, ते मिलना भी है तां उहनां ने रूडली तरीके नाल, कोई प्यार नाल गल नहीं करदे अज्ज कल दे सिंगर, जो सुणिया भी आ तां देखिया भी आ। बिल्कुल जी, सो काफ़ी कहिंदे बदलाया, शुक्रिया गलबात करन, थैंक यू मैम, सत श्री अकाल। सो जिस तरीके नाल हुण असीं अग्गे चलांगे, जिन्हां दे कोल कहिंदे कि एक पुराना होटल है, उत्थों चाह पकौड़े जाया करदे सी, थले उन्हां कोल समोसे पैटीज़ हुंदियां सी, ओह उपर जाया करदियां सी खलान दे लई, ते आओ फिर आपां अग्गे वध के अग्गे जा के गल करदे आं। सो बिल्कुल जी, जिवें जिवें असीं अग्गे वध जा रहे हां कि चलो पुराने बंदियां दे नाल मुलाकात करदे आं, कौन इत्थे कोई चाह वेचदा सी, तां सब तों पुरानी दुकान इत्थे ते इहदे उपर ही जिहड़े ने कलाकारां दे दफ्तर भी होया करदे सीगे। सो साडे नाल इत्थे सरदार साहब मौजूद ने, इहनां नाल गलबात करांगे। सत श्री अकाल जी। सत श्री अकाल जी। सानूं तुसीं थोड़ा चानना पाओ कि तुहाडा नीचे इह होटल छोटा जिहा सीगा, चाह समोसे हुंदे सीगे, तां उपर दफ्तर कलाकारां दा सीगा, ते चाह पाणी लैण आउंदे सी, तां कौन कौन सी, किहड़े किहड़े कलाकार इत्थे रहिंदे सी? हैगे सी 10-12 हैगे सी कलाकार, अंग्रेज़ अली, प्रदीप सुब्बा, गुरचरण पुल्ली, ते परविंदर संधू, ते होर असन लीला, सुरेंद्र शिंदा, होर भी काफ़ी कलाकार हैगे। ਮਾਨਕ ਸਾਹਿਬ ਨਾਲ ਵੀ ਕਦੀ ਵੇਖਿਆ ਉਹਨਾਂ ਨੂੰ? ਨਹੀਂ, ਮਾਨਕ ਸਾਹਿਬ ਦਫ਼ਤਰ ਦੇਖਿਆ ਹੈਗਾ ਸੀ, ਆਉਂਦੇ ਸੀ ਇੱਥੇ ਹੀ, ਸਾਰੇ ਆਉਂਦੇ ਸੀ, ਉਹ ਦਫ਼ਤਰ ਅੱਗੇ ਸੀ ਭਾਰਨਾ ਚੌਂਕ, ਉਹ ਨਹੀਂ ਆਉਂਦੇ ਇੱਥੇ ਹੀ ਸੀ, ਸਦੂ ਸਿਕੰਦਰ ਵੀ ਇੱਥੇ ਹੀ ਆਉਂਦਾ ਸੀ। ਫਿਰ ਤੁਸੀਂ ਜਦੋਂ ਉਦੋਂ ਤੁਹਾਡੀ ਉਮਰ ਕਿੰਨੀ ਕੁ ਸੀ? ਮੇਰੀ ਉਮਰ ਹੋਣੀ 20-22 ਸਾਲ। ਹਾਂ, ਤੁਹਾਡੇ ਇੱਥੋਂ ਚਾਹ ਪਾਣੀ ਲੈ ਕੇ ਜਾਇਆ ਕਰਦੇ? ਥੱਲੋਂ ਲੈ ਕੇ ਚਲ ਜਾਂਦੇ ਸੀ। ਉਸਲੇ ਹੁਣ ਤਾਂ ਰਹਿ ਗਏ ਇੱਕ ਦੋ ਹੀ ਕਲਾਕਾਰ ਰਹਿ ਗਏ ਨੇ, ਉਸਲੇ ਹੈਗੇ ਕਾਫੀ, ਦੋਨੇ ਬਿਲਡਿੰਗਾਂ 'ਚ ਕਲਾਕਾਰ ਹੈਗੇ ਸਾਰੇ। ਜਿਵੇਂ ਗੱਲ ਕਰੀਏ ਹੁਣ ਸਾਰੇ ਜਿਹੜੇ ਚੰਡੀਗੜ੍ਹ ਰਹਿੰਦੇ ਆ ਜ਼ਿਆਦਾਤਰ ਹੈ ਨਾ, ਮੋਹਾਲੀ ਦੇ ਵਿੱਚ ਰਹਿੰਦੇ ਨੇ, ਉਧਰਲੇ ਪਾਸੇ ਡੇਰੇ ਨੇ, ਪਹਿਲਾਂ ਭਾਈਚਾਰਕ ਸਾਂਝ ਬੜੀ ਵਧੀਆ ਸੀ, ਉੱਪਰ ਉੱਪਰ ਸਾਰਿਆਂ ਦੇ ਦਫ਼ਤਰ ਸੀ, ਇੱਕੋ ਬੰਦਾ ਬੈਠਾ ਹੁੰਦਾ ਸੀ, ਬੁਕਿੰਗ ਕਰਦਾ ਸੀ, ਬਸ ਬੋਰਡ ਵੱਖਰੇ ਵੱਖਰੇ ਸੀ ਹੈ ਨਾ, ਵੱਖਰੇ ਵੱਖਰੇ ਦਫ਼ਤਰ ਸੀ, ਆਪਣੇ ਆਪਣੇ ਬੰਦੇ ਸਾਰਿਆਂ ਰੱਖੇ ਹੁੰਦੇ ਸੀ, ਆਪਣੇ ਬੁਕਿੰਗ ਕਰਦੇ ਸੀ, ਇੱਥੇ ਮੇਲਾ ਲੱਗਾ ਹੁੰਦਾ ਸੀ ਪਹਿਲਾਂ, ਹੁਣ ਤਾਂ ਹੈ ਨਹੀਂ। ਤੁਹਾਨੂੰ ਕਿੰਨਾ ਕੁ ਚਾਹ ਹੁੰਦਾ ਸੀ ਨਾ ਕਲਾਕਾਰਾਂ ਨੂੰ ਮਿਲਦਾ? ਸਾਰੀ ਦਿਹਾੜੀ ਕੋਲ ਹੀ ਬੈਠੇ ਰਹਿੰਦੇ ਸੀ, ਚਾਹ ਰੋਜ਼ ਤਾਂ ਦੇਖਦੇ ਹੁੰਦੇ ਸੀ, ਬਾਕੀ ਦੁਨੀਆ ਦੇਖਦੀ ਹੁੰਦੀ ਸੀ ਕਿ ਜਿਹੜੇ ਆਉਣ ਜਾਣ ਵਾਲੇ ਦੇਖਦੇ ਸੀ, ਕਲਾਕਾਰ ਹੈ ਖੜਾ ਹੈ, ਸਾਨੂੰ ਤਾਂ ਰੋਜ਼ ਦਾ ਮਿਲ ਇੱਥੇ ਹੁੰਦਾ ਸੀ, ਸਾਨੂੰ ਤਾਂ ਫਿਰ ਪਤਾ ਹੀ ਹੁੰਦਾ ਕਿ ਇੱਥੇ ਹੈਗੇ ਇਹਦੇ। ਸੋ ਤੁਸੀਂ ਕਿਸੇ ਕਲਾਕਾਰਾਂ ਨੂੰ ਆਪ ਉਹਨਾਂ ਦੇ ਉੱਪਰ ਦਫ਼ਤਰ ਗਏ ਹੋ, ਕਦੇ ਕਿਸੇ ਨੂੰ ਚਾਹ ਫੜਾਉਣ ਆਪ ਗਏ ਸੀ? ਮੇਰਾ ਜ਼ਿਆਦਾ ਕਰਕੇ ਪਿਆਰ ਹੁੰਦਾ ਸੀ ਪ੍ਰਦੀਪ ਸੁੱਬੇ ਨਾਲ, ਪੰਜਾਬੀ ਸਿੰਗਰ ਸੀ ਪ੍ਰਦੀਪ ਸੁੱਬਾ, ਹੁਣ ਕੈਨੇਡਾ 'ਚ ਹੈਗਾ, ਉਹਨਾਂ 'ਚ ਮੈਂ ਬੈਂਡ ਉੱਠਦਾ ਜ਼ਿਆਦਾ ਸੀ, ਉਹਦੇ ਕੋਲ ਬੈਠੇ ਰਹਿੰਦਾ ਸੀ, ਬਾਕੀ ਸਾਰੇ ਕਲਾਕਾਰ ਬੁਲਾਈਦਾ ਸੀ ਪਰ ਜ਼ਿਆਦਾ ਮੇਰਾ ਉਹਨਾਂ ਸੀ। ਤੇ ਫਿਰ ਆਉਣਾ ਜਾਣਾ ਤਾਂ ਲੱਗਾ ਰਹਿੰਦਾ ਸੀਗਾ ਇੱਥੇ, ਵਾਹਵਾ ਕਹਿੰਦੇ ਕਾਫੀ ਮੇਲਾ ਹੁੰਦਾ ਸੀ, ਬਹੁਤ ਰਸ਼ ਪਿਆ ਹੁੰਦਾ, ਬਹੁਤ ਰਸ਼ ਹੈਗਾ ਸੀ ਇੱਥੇ, ਤਾਂ ਘੱਟੋ ਘੱਟ ਨਹੀਂ ਤਾਂ ਮੇਰੇ ਹਿਸਾਬ ਨਾਲ ਰੋਜ਼ ਦੀਆਂ 25-30 ਪਾਰਟੀਆਂ ਆਉਂਦੀਆਂ ਸੀ ਬਾਹਰੋਂ ਬੁਕਿੰਗ ਲਈ, ਹਰ ਇੱਕ ਨੂੰ ਬੁਕਿੰਗ ਹੁੰਦਾ ਸੀ, ਪ੍ਰੋਗਰਾਮ ਬੁੱਕ ਹੋ ਜਾਂਦਾ ਸੀ। ਬਿਲਕੁਲ ਹੈ ਨਾ, ਇਹ ਲਾਗੇ ਲਾਗੇ ਹੁੰਦੇ ਸੀ, ਮੰਨ ਲਓ ਇੱਕ ਬੰਦਾ ਫ੍ਰੀ ਨਹੀਂ ਆ ਤਾਂ ਦੂਜੇ ਨੂੰ ਬੁਕਿੰਗ ਹੋ ਜਾਂਦੀ ਸੀ, ਕਰ ਲੈਂਦੇ ਸੀ ਭਾਈ, ਜ਼ਿਆਦਾ ਮੈਂ ਲੋਕ ਧਾਰ ਕੇ ਜਾਂਦੇ ਸੀ ਕਿ ਮਾਣਕ ਨੂੰ ਕਰਨਾ ਜਾਂ ਛਿੰਦੇ ਨੂੰ ਕਰਨਾ, ਪਰ ਉਹ ਉਹਨਾਂ ਦਾ ਆਪਣਾ ਪਹਿਲਾਂ ਹੀ ਹੁੰਦਾ ਸੀ ਟੀਚਾ ਬਣਾਇਆ, ਫਿਰ ਨਹੀਂ ਬੁੱਕ ਹੁੰਦੇ ਸੀ ਤਾਂ ਉਹਨੂੰ ਦੂਸਰਾ ਕਰ ਲੈਂਦੇ ਸੀ ਕੋਈ। ਹਾਂ, ਜਸਦੇਵ ਜੰਮਲਾ ਵੀ ਰਿਹਾ ਇੱਥੇ। ਤੁਸੀਂ 20-22 ਸਾਲ ਦੀ ਉਮਰ 'ਚ ਤੁਸੀਂ ਬਹੁਤ ਕੁਛ ਦੇਖਿਆ ਹੈ ਨਾ, ਫਿਰ ਹੌਲੀ ਹੌਲੀ ਵੱਡੇ ਹੋਏ ਹੋ, ਕਾਫੀ ਉਮਰ ਹੋ ਗਈ ਹੁਣ ਤੁਹਾਡੀ ਹੈ ਨਾ, ਕਿੰਨਾ ਕੁ ਤੁਸੀਂ ਬਦਲਾਅ ਦੇਖਿਆ? ਤੁਸੀਂ ਜਿਵੇਂ ਜਿਵੇਂ ਵੱਡੇ ਹੁੰਦੇ ਗਏ ਹਰ ਚੀਜ਼ ਬਦਲਦੀ ਗਈ, ਕਿੰਨਾ ਕੁ ਬਦਲਾਅ? ਪਹਿਲਾਂ ਕਲਾਕਾਰ ਸੀ, ਫਿਰ ਆਰਕੈਸਟਰਾ ਆ ਗਿਆ,
उस तो बाद बिल्कुल ही खत्म हो गया। हूँ तो है ही नहीं, इन प्रोग्राम नहीं है। कोई बाहर चले गए, कुछ बड़े बड़े कलाकार ने पता ही है उन्होंने चलता अगे ही अगे। इतने हूँ इन्हों का है नहीं, बस एक दो कलाकार है अपना खोसल खेलने वाला, उन्होंने मैसेज है एक रमेश लुधियानवी। बाकी सर धन्यवाद जी, गलबात करने तो बिल्कुल जी। कहते हैं कि सारे जड़े इतने सारी बिल्डिंग है पहला बड़ी रौनक जी इतने होया करती सी। एक बिल्डिंग की तस्वीर आप धर्म उपर भी दिखावे थोड़ा पिछे भी ध्यान नाल, और ये देखो पहला सारे उत्ते रमेश लुधियानवी म्यूजिकल ग्रुप हाले भी लगा हुआ वा। तो एक बोर्ड हैगा वा पंजाबी लोक गायक जोड़ी लवदीप बावा ते धालीवाल बावा, इन्होंने जोड़े विआह शादी के खुशी के मौके जागरण के जो लेडी संगीत उन्होंने जोड़े बोर्ड है वह हाल तक लगे ने। पर एक तस्वीर दूजे पासे नाल ये सारी जड़ी ना बिल्डिंग है। तो इस तो बाद जी अगली बिल्डिंग की जेकर तुहानूं असीं अगली बिल्डिंग दिखाई दे लगातार ये सारी बिल्डिंग जी कलाकारां दे कोल हुंदी सी। इत्थे बड़ा कहिंदे सी उस वेले मेला लग्या करदा सीगा, पर अज जिहड़े जिवें जिवें असीं अगे वधदे गए आ टैक्नोलॉजी चेंज हो गई, सारा कुछ चेंज आ गया, तो हुण एक बड़ा वड्डा जिहड़ा होर है वह बदलाव आ चुका है। तो हुण इत्थे कलाकारां दे टावे टावे जिहड़े पुराने कलाकार आ उन्हां जो टावियां दे दफ्तर रह गए ने, कोई बाहर चला गया विदेशां जाके सैट हो गया, तो कोई इस जहानों रुखसत हो गया, और कई ने तो अपने जोड़े डेरे आ वो फॉरन दे विच ही लगा लेने, कई ने चंडीगढ़ कोठियां पा लिया ने। तो जिवें जिवें असी चेंज हो गए, समा चेंज हो गया, तो हर जोड़ा वड्डा बदलाव जोड़ा जरूर आया। आ तस्वीर तुम दिखाने देख के यार बनाया कर श्रोमणी गायक सुरिंदर शिंदा जी, तो श्रोमणी गायक पाली देतवालिया उन्होंने जोड़ा बोर्ड है लगा है, ये पाली देतवालिया मार्केट हैगी इस वेले। तो सारे जोड़े पुराने कलाकार इतने जोड़ा अड्डा होया करता से, सब तो कहें कि सब तो उपरला जो दफ्तर से वो कुलदीप माणक साहब का सगा, और हूँ जोड़ा वा हूँ जोड़ा चेंज आया वा, तो हूँ बस आ टावे टावे कलाकार जोड़े दफ्तर ने वो बचे ने, सिर्फ टावे जे कलाकार रह गए ने जिन्हें दफ्तर अज भी लुधियाना शहर के ने। तो चंडीगढ़ के बन गया है होमलैंड, किसी समय आही लुधियाना उन्हें कलाकार होमलैंड होया करता सी, सारे कलाकार इको इतें जड़े बैठा करते। सो ये जी मकसद से लुधियाने आए सा, फिर ये बोर्ड देख के मन च ख्याल आया क्यों ना थानू वो चीज़ा दिखाइया जान जिहड़ियां पुराने समय दी, हालांकि तुहानू पुराने कलाकारां दे नाल मिलवा रहे जो अज भी नौजवानों के दिलों की धड़कन ने, अज भी जिहड़े वसदे ने ते बहुत सोहना गाउंदे ने, चंगी साफ सुथरी गायकी है। जिहड़े पाली देतवालिया जी, मुहम्मद सदीक होनी, सुरिंदर शिंदा जी, उन्हां नू अज भी लोग बड़ा सत्कार की नज़र दे नाल देखदे ने। फिलहाल हुण तुहाडे तों लवांगे आ गया सहयोगी धर्मप्रीत दे नाल मनदीप कौर संधू लुधियाना तो, सत श्री अकाल।